नहीं की मतलब की इन्हों का कुछ नहीं करना ऑक्सीजन ना हो जाके अपनी। देखो मैं जा रहा हूँ पूरा आइसोलेशन वार्ड तो बाहर और मेरी हालत क्रिटिकल दस रहे साढ़े गवर्नमेंट का हाल है ऐ तमाशा लाया इस गवर्नमेंट ने आता मेडिकल डिपार्टमेंट कितने कड़ा डॉक्टर देने वाला दसो कड़ा डॉक्टर देने वाला नहीं पी जी आई का तुम कहता मैं रैफर कर लगा वा एक मोर ला लगे तुम दिक्कत है। सत श्री अकाल मैं हाँ खुशी तुम वेख लुधियाना टाइम्स। सोशल मीडिया से एक वीडियो काफ़ी वायरल हो रही है ते पर इस दे पिछे दा सच कुछ हो रही है। काफ़ी लोगों को कोविड के वादे केसिस करके ये वीडियो इदा लग रहा होएगा कि तुसी मतलब जिवें देखिए वीडियो थोड़ा दिखाई गई है उस विच किवें एक बंदा जो कि ग्लूकोज की बॉटल फाड़ के ड्रिप उतरी हुई है तो काफ़ी गुस्से हस्पताल विच चक्कर मार रहा लगातार तो हस्पताल दी पोलां खोल रहा है तो आखिरकार इस ये वीडियो इस समय विच जब वायरल हुई है क्योंकि जिहड़ा कोरोना महामारी है वह हले भी पीक ते है तो इस करके लोगों को काफ़ी ये भुलेखा पै रहा है इस वीडियो करके बट इसके पिछे तो सच है अज असी थानू इस बारे दसांगे। जिहड़ी ये वीडियो है तुसीं जिवें वेख रहे हो कि इस विच सिविल हस्पताल मोहाली का यह हस्पताल है जिस विच एक यह सरदार जो है यह इहदा कहना है कि किवें इसनू यह कह के हस्पताल विच भर्ती कराया गया सी कि काफ़ी सीरियस है काफ़ी हालत नाजुक है पर किवें इस हस्पताल विच कोई भी सुविधा नहीं दिती गई तो किवें हस्पताल विच कोई स्टाफ नहीं है इहो जिहे आरोप लगाए गए सिविल हस्पताल ते पर आखिरकार मतलब ये जिहड़ी वीडियो है पिछले साल की है। जी हाँ ये पिछले साल की वीडियो है पर हुण इह साल ये वायरल काफ़ी हो रही है क्योंकि फिर उही समा आ गया कि जिवें पिछले साल कोविड के केसिस वध रहे सी ते हुण वी इस साल उही हालात दिख रहे ने ते इस करके लोगों नूं काफ़ी ये वीडियो जिवें है कि वायरल हो रही है लोगों नूं लग रहा है कि जिवें हुण दा इह चल रहा है पर मैं तुहानूं दसदा क्लीयर करदा इह रियालिटी चैक है तुहाडे लई कि किवें ये वीडियो पिछले साल की अक्टूबर 10 दी दसी जा रही है 2020 की वीडियो है जिस विच ये सरदार मोहाली सिविल हस्पताल विच भर्ती कराया गया ਅਸੀਂ ਇਹ ਕਹਿ ਕੇ ਕਿ ਕਾਫ਼ੀ ਸੀਰੀਅਸ ਹਾਲਾਤ ਨੇ ਇਸਦੇ ਅਤੇ ਕਾਫ਼ੀ ਗੁੱਸੇ ਵਿੱਚ ਤੁਹਾਨੂੰ ਇਹ ਵਿਅਕਤੀ ਦਿਖ ਰਿਹਾ ਕਿਵੇਂ ਇਹ ਹਸਪਤਾਲ ਦੀ ਪੋਲਾਂ ਖੋਲ ਰਿਹਾ ਅਤੇ ਇਹ ਵੀ ਦੱਸ ਰਿਹਾ ਕਿਵੇਂ ਸਟਾਫ ਉੱਥੇ ਮੌਜੂਦ ਨਹੀਂ ਹੈ ਅਤੇ ਨਾਲ ਹੀ ਕਿਵੇਂ ਇਸਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਪਿੱਛੇ ਲੋਕ ਇਹਨੂੰ ਕਹਿ ਰਹੇ ਕਿ ਤੁਸੀਂ ਆਰਾਮ ਕਰੋ ਜਿਵੇਂ ਉਹਨੂੰ ਕਿਹਾ ਗਿਆ ਸੀ ਬੈੱਡ 'ਤੇ ਜਿੱਥੇ ਪਾਇਆ ਗਿਆ ਸੀ ਉੱਥੋਂ ਉੱਠ ਕੇ ਉਹ ਬਿਲਕੁਲ ਆਪਣੀ ਗਲੂਕੋਜ਼ ਬੋਟਲ ਹੱਥ ਵਿੱਚ ਲੈ ਕੇ ਪੂਰੇ ਹਸਪਤਾਲ ਦਾ ਚੱਕਰ ਮਾਰ ਰਿਹਾ ਅਤੇ ਫਰੰਟ ਕੈਮਰਾ ਨਾਲ ਇਸਨੇ ਵੀਡੀਓ ਬਣਾਈ ਹੈ ਅਤੇ ਇਹ ਕਾਫ਼ੀ ਇੱਕ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰਦੀ ਹੈ ਇੱਕ ਕਾਫ਼ੀ ਇੱਕ ਪਰੇਸ਼ਾਨੀ ਦਾ ਮਾਹੌਲ ਕ੍ਰੀਏਟ ਕਰ ਰਹੀ ਹੈ ਤਾਂ ਕਰਕੇ ਅਸੀਂ ਤੁਹਾਨੂੰ ਇਸਦਾ ਸੱਚ ਦੱਸਣਾ ਚਾਹੁੰਦੇ ਕਿ ਇਹ ਵੀਡੀਓ ਇਸ ਸਾਲ ਦੀ ਨਹੀਂ ਹੈਗੀ ਇਹ ਵੀਡੀਓ ਪਿਛਲੇ ਸਾਲ ਦੀ ਹੈ ਜਦ ਕੋਰੋਨਾ ਪੈਂਡੇਮਿਕ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਵੇਲੇ ਵੀ ਕੋਵਿਡ ਦੇ ਕੇਸਿਸ ਕਾਫ਼ੀ ਵੱਧਦੇ ਨਜ਼ਰ ਆ ਰਹੇ ਸੀ ਅਤੇ ਅਕਟੂਬਰ 2020 ਵਿੱਚ ਇਹ ਜੋ ਵਿਅਕਤੀ ਇਸ ਨੂੰ ਮੋਹਾਲੀ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਅਤੇ ਉਸ ਸਮੇਂ ਇਸਨੇ ਵੀਡੀਓ ਬਣਾਈ ਸੀ ਕਾਫ਼ੀ ਗੁੱਸੇ ਵਿੱਚ ਦਿਸ ਰਿਹਾ ਸੀ ਜਿਸ ਤੋਂ ਬਾਅਦ ਇਸ ਮਾਮਲੇ 'ਤੇ ਕਾਰਵਾਈ ਵੀ ਹੋਈ ਅਤੇ ਜੋ ਵੀ ਇਸਨੇ ਇਲਜ਼ਾਮ ਲਗਾਏ ਸਿਵਲ ਹਸਪਤਾਲ ਵਿੱਚ ਕਿ ਜਿਵੇਂ ਸਿਵਲ ਹਸਪਤਾਲ ਹਮੇਸ਼ਾ ਇੱਕ ਹੈਡਲਾਈਨਸ ਵਿੱਚ ਸਾਨੂੰ ਦਿਖਦਾ ਹੈ ਕਿ ਕਿਵੇਂ ਉੱਥੇ ਪ੍ਰੋਪਰ ਪ੍ਰਿਪੇਅਰ ਨਹੀਂ ਕੀਤਾ ਹੋਇਆ ਉੱਥੇ ਸਟਾਫ ਨਹੀਂ ਮੌਜੂਦ ਉੱਥੇ ਪ੍ਰਸ਼ਾਸਨ ਵੱਲੋਂ ਕੁਛ ਸਿਸਟਮ ਨਹੀਂ ਰੱਖਿਆ ਹੋਇਆ ਸਹੀ ਅਤੇ ਉਸ ਕਰਕੇ ਇਹ ਵੀਡੀਓ ਜਿਹੜੀ ਹੈ ਹੁਣ ਵਾਇਰਲ ਹੋ ਰਹੀ ਹੈ ਕਿਉਂਕਿ ਉਹੀ ਸਮਾਂ ਫਿਰ ਤੋਂ ਕਹਾਂਗੀ ਕਿ ਜਿਹੜੀ ਵੀਡੀਓ ਪਿਛਲੇ ਸਾਲ ਦੀ ਹੈ ਅਤੇ ਹੁਣ ਇਸ ਸਾਲ ਕਾਫ਼ੀ ਸੋਸ਼ਲ ਮੀਡੀਆ 'ਤੇ ਲੋਕਾਂ ਦੁਆਰਾ ਵਾਇਰਲ ਹੋ ਰਹੀ ਹੈ ਕਿਉਂਕਿ ਉਹੀ ਡਰ ਦਾ ਸਮਾਂ ਫਿਰ ਤੋਂ ਵਾਪਸ ਆ ਚੁੱਕਿਆ ਜਿਵੇਂ ਕੋਵਿਡ ਦੇ ਕੇਸਿਸ ਵੱਧ ਰਹੇ ਨੇ ਹੁਣ ਜ਼ਿਆਦਾ ਵੱਧ ਰਹੇ ਨੇ ਤਾਂ ਲੋਕਾਂ ਨੂੰ ਕੁਛ ਵੀ ਜੇ ਕੁਛ ਇਹੋ ਜਿਹੀ ਇਨਫੋਰਮੇਸ਼ਨ ਮਿਲਦੀ ਹੈ ਕੁਛ ਵੀ ਇਹੋ ਜਿਹਾ ਮਿਲਦਾ ਜੋ ਕਿ ਇਸ ਕੋਵਿਡ ਦੇ ਸੰਬੰਧੀ ਹੈ ਭਾਵੇਂ ਉਹ ਪੁਰਾਣਾ ਹੋਵੇ ਜਿੱਦਾਂ ਵੀ ਹੋਵੇ ਲੋਕ ਇਹਨੂੰ ਸ਼ੇਅਰ ਕਰਦੇ ਹੈ ਕਰਦੇ ਤਾਂ ਉਹ ਇਹ ਸੋਚ ਕੇ ਕਿ ਕਿਵੇਂ ਲੋਕਾਂ ਕੋਲ ਲੋਕ ਜਿਹੜੇ ਜਾਗਰੂਕ ਹੋਣਗੇ ਪਰ ਹਾਲਾਂਕਿ ਕਈ ਵੀਡੀਓਜ਼ ਇੱਦਾਂ ਦੀ ਵੀ ਹੁਣ ਵਾਇਰਲ ਹੋ ਰਹੀਆਂ ਨੇ ਜਿਹੜੀ ਪੁਰਾਣੀਆਂ ਵੀਡੀਓ ਨੇ ਅਤੇ ਕਾਫ਼ੀ ਲੋਕਾਂ ਵਿੱਚ ਡਰ ਦਾ ਮਾਹੌਲ ਬਣਾ ਰਹੀ ਹੈ ਇਸ ਕਰਕੇ ਤੁਹਾਨੂੰ ਦੱਸਦਾ ਕਿ ਜਿਹੜੀ ਵੀਡੀਓ ਹੈ ਹੁਣ ਦੀ ਨਹੀਂ ਹੈਗੀ ਇਹ ਪੁਰਾਣੀ ਵੀਡੀਓ 2020 ਦੀ ਵੀਡੀਓ ਹੈ ਅਕਟੂਬਰ ਦੀ ਇਹ ਵੀਡੀਓ ਹੈ ਅਤੇ ਜੋ ਵੀ ਇਸ ਵਿੱਚ ਕਹਿ ਰਹੇ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਅਸਲ 'ਚ ਜੋ ਵੀ ਇਹ ਇਨਸਾਨ ਹੈ ਜੋ ਵੀ ਸਿਵਲ ਹਸਪਤਾਲ ਵਿੱਚ ਇਸਨੂੰ ਭਰਤੀ ਕਰਾਇਆ ਗਿਆ ਸੀ ਉਹ ਕੀ ਕਹਿ ਰਿਹਾ ਕਿਹੜੇ ਇਲਜ਼ਾਮ ਸਿਵਲ ਹਸਪਤਾਲ 'ਤੇ ਲਗਾ ਰਿਹਾ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਪਰ ਇਹ ਵੀਡੀਓ ਜੇ ਤੁਸੀਂ ਸ਼ੇਅਰ ਕਰ ਰਹੇ ਹੋ ਪਲੀਜ਼ ਇਹ ਜ਼ਰੂਰ ਮੈਂਸ਼ਨ ਕਰੋ ਕਿ ਵੀਡੀਓ ਇਸ ਸਾਲ ਦੀ ਨਹੀਂ ਹੈ ਅਤੇ ਪੁਰਾਣੀ ਵੀਡੀਓ ਹੈ ਅਤੇ ਇਸ ਕਰਕੇ
ਤੁਸੀਂ ਜੋ ਵੀ ਕੁਝ ਸ਼ੇਅਰ ਕਰ ਰਹੇ ਹੋ ਉਸ ਦੀ ਇੱਕ ਵਾਰ ਪੂਰਾ ਕਲੀਅਰ ਹੋ ਜਾਓ, ਉਸ ਦੀ ਇੱਕ ਕਲੈਰਿਟੀ ਲੈ ਕੇ ਕੁਝ ਸ਼ੇਅਰ ਕਰੋ, ਕਿਉਂਕਿ ਜਿਹੜਾ ਮਾਹੌਲ ਹੁਣ ਚੱਲ ਰਿਹਾ ਲੋਕਾਂ ਕੋਲ ਕਾਫੀ ਇੱਕ ਡਿਪਰੈਸ਼ਨ ਦਾ ਮਾਹੌਲ ਵੀ ਚੱਲ ਰਿਹਾ ਕੋਵਿਡ ਕਰਕੇ, ਲੋਕਡਾਊਨ ਦੀ ਸੰਭਾਵਨਾ ਵੱਧ ਰਹੀ ਹੈ, ਤਾਂ ਇਸ ਕਰਕੇ ਅਸੀਂ ਤੁਹਾਨੂੰ ਇਸ ਗੱਲੋਂ ਅਪਡੇਟ ਕਰ ਰਹੇ ਹਾਂ ਕਿ ਇਹ ਵੀਡੀਓ ਹੁਣ ਦੀ ਨਹੀਂ ਹੈਗੀ, ਪੁਰਾਣੀ ਵੀਡੀਓ ਹੈ, ਤਾਂ ਇਸ ਕਰਕੇ ਤੁਸੀਂ ਪੂਰੀ ਵੀਡੀਓ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਬੰਦਾ ਕਹਿ ਕੀ ਰਿਹਾ, ਤੁਸੀਂ ਇਹਨੂੰ ਸੁਣੋ ਅਤੇ ਕਿਵੇਂ ਇਹ ਹਸਪਤਾਲ ਦੀ ਪੋਲਾ ਖੋਲ ਰਿਹਾ। ਨਹੀਂ ਕੀ ਮਤਲਬ ਕੀ ਇਹਨਾਂ ਦਾ? नहीं पीजीआई का तुसी कहता मैं रेफर करन लगा वा, एक मोर ला लगे तुहानू दिक्कत है। ਇਹ ਦੇਖੋ ਇਹ ਮੈਂ ਗਲੂਕੋਜ਼ ਮੈਚ ਫੜਿਆ ਹੋਇਆ ਜੇ, ਇਹ ਮੇਰੇ ਮੀਟਰ ਲੱਗਾ ਹੋਇਆ ਜੇ, ਠੀਕ ਹੈ। ਆਹ ਮੋਹਾਲੀ ਦਾ ਸਿਵਲ ਹੋਸਪਿਟਲ ਜੇ, 6 ਫੇਸ ਦਾ। ਕੋਈ ਡਾਕਟਰ ਨਹੀਂ ਆਉਂਦਾ ਤੁਹਾਨੂੰ ਪੁੱਛਿਓ ਬਾਈ, ਕੋਈ ਡਾਕਟਰ ਨਹੀਂ ਆਉਂਦਾ ਕਿਸੇ ਕਮਰੇ ਦੇ ਵਿੱਚ। ਇਹਨਾਂ ਨੇ ਸਾਨੂੰ ਕਿਹਾ ਪੀ ਜੀ ਆਈ ਰੈਫਰ ਕਰ ਰਹੇ ਹਾਂ, ਕੋਈ ਡਾਕਟਰ ਨਹੀਂ, ਸਿਰਫ ਇੱਕ ਸਿੰਪਲ ਨਰਸ ਬੈਠੀ ਇੱਥੇ। ਆਹ ਪੂਰਾ ਆਈਸੋਲੇਸ਼ਨ ਵਾਰਡ ਦੇਖ ਲਓ, ਆਹ ਵੇਖੋ ਸਾਰੀਆਂ ਨੇ ਚੰਗੀ ਤਰ੍ਹਾਂ ਆਈਸੋਲੇਸ਼ਨ ਵਾਰਡ। ਕੀ ਕੋਈ ਡਾਕਟਰ ਹੈ ਇੱਥੇ? ਕੋਈ ਡਾਕਟਰ ਹੈ? ਜਦੋਂ ਰੈਫਰ ਕਰਨ ਲਈ ਕਹਿ ਦਿੱਤਾ ਗਿਆ ਹੈ ਕਿ ਰੈਫਰ ਕਰ ਦਿਓ, ਕੋਈ ਇੱਕ ਮਿੰਟ ਦੇ ਅੰਦਰ ਇੱਕ ਹੋਰ ਨਾਲ ਲੱਗੇ ਦਿੱਕਤ ਹੈ ਇਹਨਾਂ ਨੂੰ। ਇਹ ਦੇਖੋ ਮੈਂ ਜਾ ਰਿਹਾ ਪੂਰਾ ਆਈਸੋਲੇਸ਼ਨ ਵਾਰਡ ਤੋਂ ਬਾਹਰ, ਔਰ ਮੇਰੀ ਹਾਲਤ ਕ੍ਰਿਟੀਕਲ ਦੱਸ ਰਹੇ, ਠੀਕ ਹੈ। ਕ੍ਰਿਟੀਕਲ ਦੱਸਣ ਦੇ ਬਾਵਜੂਦ ਕੋਈ ਵੀ ਇਸ ਹੋਸਪਿਟਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਸਟਾਫ ਅਵੇਲੇਬਲ ਨਹੀਂ ਹੈ ਜੋ ਮੈਨੂੰ ਰੋਕ ਸਕੇ। ਦੱਸੋ ਇਹ 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 ਸਾਡੇ ਗਵਰਨਮੈਂਟ ਦਾ ਹਾਲ ਹੈਗਾ? ਇਹ ਤਮਾਸ਼ਾ ਲਾਇਆ ਇਸ ਗਵਰਨਮੈਂਟ ਨੇ? ਕਿੱਥੇ ਆ ਗਵਰਨਮੈਂਟ? ਕਿੱਥੇ ਆ? ਕਿੱਥੇ ਆ ਸਾਡੇ ਅਮਰਿੰਦਰ ਸਿੰਘ? ਕਿੱਥੇ ਆ? ਬੋਲੋ, ਆ ਲੋ, ਆਹ ਤੁਹਾਡਾ, ਆਹ ਤੁਹਾਡਾ ਮੈਡੀਕਲ ਡਿਪਾਰਟਮੈਂਟ, ਕਿੱਥੇ ਕਿਹੜਾ ਡਾਕਟਰ ਅਵੇਲੇਬਲ ਹੈ? ਦੱਸੋ ਕਿਹੜਾ ਡਾਕਟਰ ਅਵੇਲੇਬਲ ਹੈ? ਕੌਣ ਡਾਕਟਰ ਅਵੇਲੇਬਲ ਹੈ? ਆਹ ਮੈਂ ਫੜੀ ਫਿਰਦਾ ਹੱਥ ਵਿੱਚ, ਠੀਕ ਹੈ, ਆਹ ਫੜੀ ਫਿਰਦਾ ਹੱਥ ਵਿੱਚ, ਕੀ ਆ, ਕੌਣ ਅਵੇਲੇਬਲ ਹੈਗਾ? ਨਹੀਂ ਪੀ ਜੀ ਆਈ ਦਾ ਤੁਸੀਂ ਕਹਿਤਾ ਮੈਂ ਰੈਫਰ ਕਰਨ ਲੱਗਾ ਵਾਂ, ਇੱਕ ਮੋਰ ਨਾਲ ਲੱਗਿਆ ਤੁਹਾਨੂੰ ਦਿੱਕਤ ਹੈ? ਹੈਂ ਬੋਲੋ, ਆਹ ਤੁਹਾਡਾ ਮੈਡੀਕਲ ਡਿਪਾਰਟਮੈਂਟ ਹੈ? ਆਹ ਮੈਂ ਫੜੀ ਫਿਰਦਾ ਹੱਥ ਵਿੱਚ, ਮੈਨੂੰ 1.5 ਘੰਟੇ ਤੋਂ ਕਹਿ ਰਹੇ ਆ ਵੀ ਤੁਹਾਨੂੰ ਮੋਹਰ ਲਾਤੀ, ਬਸ ਬਸ। ਉਹ ਤੋਂ ਬਾਅਦ ਕੋਈ ਡਾਕਟਰ ਨਹੀਂ ਅਵੇਲੇਬਲ, ਸਾਰੇ ਡਾਕਟਰ ਗਾਇਬ, ਨਰਸਾਂ ਗਾਇਬ। ਕਿਉਂ ਕਿਉਂ? ਇਹਦਾ ਕੀ ਮਤਲਬ ਹੈ? ਇਹਦਾ ਕੀ ਮਤਲਬ ਹੈ? ਨਹੀਂ ਕੀ ਮਤਲਬ ਕੀ ਇਹਨਾਂ ਦਾ? ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਹੀ ਲਿਆ ਕਿ ਕਿਵੇਂ ਉਹ ਸਿਵਲ ਹਸਪਤਾਲ ਦੀ ਪੋਲਾ ਉਸਨੇ ਖੋਲ੍ਹੀ ਹੈ, ਕਿਵੇਂ ਉਸਨੇ ਇਲਜ਼ਾਮ ਲਗਾਇਆ ਕਿ ਇੱਥੇ ਕੋਈ ਸਟਾਫ ਮੌਜੂਦ ਨਹੀਂ। ਬਸ ਇਹ ਪੁਰਾਣੀ ਵੀਡੀਓ ਹੈ ਜਿਸ ਵਿੱਚ ਕਈ ਹਸਪਤਾਲ 'ਤੇ ਇਲਜ਼ਾਮ ਲਗਾਏ ਗਏ ਹੈ ਅਤੇ ਇਸ ਲਈ ਵਾਇਰਲ ਕਾਫੀ ਹੋ ਰਹੀ ਹੈ। ਹਾਲਾਂਕਿ ਇਹ ਪੁਰਾਣੀ ਵੀਡੀਓ ਹੈ ਅਤੇ ਇਹੋ ਜਿਹੀ ਕੁਝ ਵੀਡੀਓਜ਼ ਨੇ ਵਾਇਰਲ ਕਾਫੀ ਹੋ ਰਹੀਆਂ ਨੇ। ਪਲੀਜ਼ ਉਹਦੀ ਐਕੋਰੇਟ ਡੇਟ ਅਤੇ ਕਦੋਂ ਦੀ ਇਹ ਪਾਈ ਗਈ ਹੈ ਸਭ ਕੁਝ ਚੈੱਕ ਕਰਕੇ ਅੱਗੇ ਫੋਰਵਰਡ ਕਰੋ, ਕਿਉਂਕਿ ਹੁਣ ਦਾ ਜਿਹੜਾ ਮਾਹੌਲ ਹੈ ਉਸਨੂੰ ਕਾਫੀ ਤੁਸੀਂ ਪਲੀਜ਼ ਪੋਜ਼ਿਟਿਵ ਬਣਾ ਕੇ ਰੱਖੋ, ਕਿਉਂਕਿ ਇਹੋ ਜਿਹੜੀ ਮਿਸਇਨਫੋਰਮੇਸ਼ਨ ਹੈ, ਇਹੋ ਜਿਹੀ ਵੀਡੀਓਜ਼ ਨੇ ਉਹ ਲੋਕਾਂ ਨੂੰ ਹੋਰ ਡਰਾਉਂਦੀ ਹੈ ਅਤੇ ਹੋਰ ਉਹਨਾਂ ਦੇ ਮਨ ਵਿੱਚ ਇੱਕ ਡਰ ਬਿਠਾਉਂਦੀ ਹੈ। ਅਤੇ ਇਹ ਸਮਾਂ ਸਾਰਿਆਂ ਦੇ ਜੁੜਨ ਦਾ, ਕਿਉਂਕਿ ਕੋਵਿਡ ਜਿਹੜੀ ਮਹਾਂਮਾਰੀ ਹੈ ਉਹ ਹਾਲੇ ਵੀ ਵੱਧ ਰਹੀ ਹੈ, ਤਾਂ ਇਹ ਗੁਜ਼ਾਰਿਸ਼ ਹੈ ਕਿ ਵੀਡੀਓਜ਼ ਨੂੰ ਪਲੀਜ਼ ਚੈੱਕ ਕਰਕੇ ਸ਼ੇਅਰ ਕੀਤਾ ਜਾਵੇ ਅਤੇ ਇਹ ਜਿਹੜੀ ਮਿਸਇਨਫੋਰਮੇਸ਼ਨ ਹੈ ਉਸਨੂੰ ਰਿਐਲਿਟੀ ਚੈੱਕ ਕਰਕੇ ਤੁਹਾਨੂੰ ਦੱਸਿਆ ਗਿਆ ਇਸਦਾ ਅਸਲ ਸੱਚ ਕੀ ਹੈ। ਹੋਰ ਇਹੋ ਜਿਹੇ ਅਪਡੇਟਸ ਲਈ ਤੁਸੀਂ ਵੇਖਦੇ ਰਹੋ ਲੁਧਿਆਣਾ ਟਾਈਮਸ, ਕੈਮਰਾਮੈਨ ਹੈਰੀ ਦੇ ਨਾਲ।